हाय एवरीवन, आई एम दीपानु वनन, वेलकम बैक टू माय चैनल। तो मैं डॉक्टर अमनदीप, मेरे वालों तुहानू सारयां नू प्यार भरी सत श्री अकाल नमस्कार ते आदाब। दीपानु आनंद दे इस चैनल च तुहाडा सारयां दा बहुत सारा स्वागत, वेलकम जी आयां नू। ऑल राइट गाइस, सो अभी हम सॉन्ग पे रिएक्ट करने वाले हैं, उसका नाम है गुरमुखी दा बेटा और इस सॉन्ग को गाया है सतेंद्र सरताज ने, जो कि एक लेजेंड सिंगर है। एक्चुअली बिल्कुल इनकी गिनती लेजेंड्स के अंदर ही होती है। सिंगिंग के मामले में बहुत अच्छे हैं, छोटी उम्र में बहुत बड़ा गायक अच्छा गाते हैं, बहुत बहुत बड़े बड़ा गायक है, बड़ा गायक और एक यूनिक सिंगर है। एक्चुअली हमेशा कोई ना कोई नया टॉपिक्स लेके आते हैं, बहुत ही यूनिक टॉपिक। सो जिन लोगों को नहीं पता कि गुरमुखी क्या होती है, उनको मैं एक बार बता देता हूँ। गुरमुखी एक एक्चुअली स्क्रिप्ट है पंजाबी लैंग्वेज की, लिपियम जिसे कहते हैं। ऐसे ही हर एक लैंग्वेज की अपनी अपनी स्क्रिप्ट होती हैं, लिपिज हम जो बोलते हैं ना। सो हिंदी लैंग्वेज की देवनागरी है, जैसे इंग्लिश की रोमन है, सो वैसे ही पंजाबी की गुरमुखी है। सो लेट्स स्टार्ट दिस सॉन्ग, और चैनल पे न्यू हो तो सब्सक्राइब करना मत भूलना। ऑल राइट, सो विदाउट वेस्टिंग मोर टाइम लेट्स स्टार्ट द वीडियो। गुरमुखी दा बेटा, लोकेशन अच्छी है ना इसकी, जेनू खुद बना के शायर करते ने बख्शी कविता, करते ने बख्शी कविता। अजय नू खुद बना के शायर करते ने बख्शी कविता, जेनू खुद बना के शायर करते ने बख्शी कविता। सरताज नाम दे के उनु खोर देने अखर, उतरे ना जो खुमारी उस लोर देने अखर। मैं गुरमुखी दा बेटा मैनू तोर देने अखर, माँ खेलने नू दिते बड़ी लोर देने अखर। मिले ने फुलां नू कौन दसे थोनू दान च मिले ने, आदेड़ी टिब्बियां च टहके उस थोर देने अखर, आ थोनू खेलने नू मिल गए किसे होर देने अखर। जी मैं गुरमुखी दा बेटा मैनू थोर देने अखर, मां खेलने नू दिते बड़ी लोर देने अखर। नचदा उस मोर देने अखर, आ थोनू खेलने नू मिल गए किसे होर देने अखर। जी मैं गुरमुखी दा बेटा मैनू तोर देने अखर, मां खेलने नू दिते बड़ी लोर देने अखर। नाल तुरदी पंजाब दी विरासत जदों मड़क नाल तुरदी, झाजर च जेड़ा छणके उस बोर देने अखर, उतरे ना जो खुमारी उस लोर देने अखर। मैं गुरमुखी दा बेटा मैनू तोर देने अखर, मां खेलने नू दिते बड़ी लोर देने अखर। Thank you.
ਲੁਜ ਜਨਾਬ ਜੈਲਮ ਸਿੰਧ ਬਿਆਸ ਰਾਵੀ ਕੰਗਲ ਸਤਲੁਜ ਜਨਾਬ ਜੈਲਮ ਸਿੰਧ ਬਿਆਸ ਰਾਵੀ ਕੰਗਲ ਸਤਲੁਜ ਜਨਾਬ ਜੈਲਮ ਸਿੰਧ ਬਿਆਸ ਰਾਵੀ ਕੰਗਲ ਸਤਲੁਜ ਜਨਾਬ ਜੈਲਮ ਕਲ ਕਲ ਜੋ ਗੀਤ ਗਾਉਂਦੇ ਉਸ ਸ਼ੋਰ ਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋਰ ਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ ਸੌਂਗ ਜਿਹੜਾ ਸਰਤਾਜ ਨੇ ਗਾਇਆ ਕਮਾਲ ਦਾ ਹੈ ਕਮਾਲ ਦਾ ਸੌਂਗ ਹੈ ਗੁਰਮੁਖੀ ਦਾ ਬੇਟਾ ਆਪਣੇ ਆਪ ਨੂੰ ਪੰਜਾਬੀ ਪੇਸ਼ ਕਰਨਾ ਜੀ ਗੁਰਮੁਖੀ ਇਹਨੂੰ 35 ਅੱਖਰੀ ਵੀ ਕਹਿੰਦੇ ਨੇ ਅੱਖਰ ਅੱਖਰਾਂ ਦਾ ਬੇਟਾ ਜਿੰਦ ਜਾਨ ਅਗਰ ਅੱਖਰ ਨਾ ਹੋਣ ਤੇ ਸ਼ਬਦ ਨਹੀਂ ਬਣਦੇ ਸ਼ਬਦ ਨਹੀਂ ਹੋਣ ਤੇ ਵਾਕ ਨਹੀਂ ਬਣਦੇ ਜੇ ਵਾਕ ਨਾ ਬਣਨ ਤੇ ਫਿਰ ਗੀਤ ਕਿੱਥੋਂ ਬਣਨਗੇ ਇਸ ਗੀਤ ਨੂੰ ਉਹਨਾਂ ਸ਼ਬਦਾਂ ਦੀ ਮਹਾਨਤਾ ਨੂੰ ਦਰਸਾਇਆ ਗਿਆ ਹੈ ਕਿ ਸ਼ਬਦ ਜੁੜ ਜੁੜ ਕੇ ਹਰ ਚੀਜ਼ ਦੇ ਵਿੱਚ ਸੰਗੀਤ ਪੈਦਾ ਕਰ ਦਿੰਦੇ ਨੇ ਜੀ ਇਹ ਸ਼ਬਦਾਂ ਦਾ ਸੰਗੀਤ ਹੈ ਇਹ ਸ਼ਬਦਾਂ ਦੀਆਂ ਧੁਨਾਂ ਨੇ ਇਹ ਸ਼ਬਦ ਹੀ ਨੇ ਜਿਹੜੇ ਅਸੀਂ ਆਪਣੇ ਮੂੰਹ ਤੋਂ ਉਚਾਰਦੇ ਹਾਂ ਤੇ ਸੰਗੀਤ ਬਣ ਜਾਂਦੇ ਹੈ ਇਸ ਗੀਤ ਦੇ ਵਿੱਚ ਦੇਖਿਆ ਕਿ ਹਰ ਚੀਜ਼ ਦੇ ਵਿੱਚ ਗਾਇਕ ਨੂੰ ਸੰਗੀਤ ਸੁਣਾਈ ਦੇ ਰਿਹਾ ਹੈ ਚਾਹੇ ਉਹ ਦਰਿਆਵਾਂ ਦਾ ਸ਼ੋਰ ਹੈ ਉਹ ਅੱਖਰ ਅੱਖਰ ਜਿਹੜੇ ਨੇ ਉਹ ਸੰਗੀਤ ਦਾ ਕੰਮ ਕਰ ਰਹੇ ਨੇ ਚਾਹੇ ਉਹ ਇੱਕ ਲੜਕੀ ਸੱਭਿਆਚਾਰ ਦੀ ਜਿਹਨੂੰ ਨਿਸ਼ਾਨੀ ਕਿਹਾ ਗਿਆ ਹਾਂ ਉਹ ਭੱਜੀ ਆ ਰਹੀ ਹੈ ਉਹਦੀ ਝਾਂਜਰਾਂ ਦੇ ਵਿੱਚ ਜਿਹੜਾ ਝਾਂਜਰ ਨੇ ਉਹ ਸ਼ਬਦ ਨੇ ਉਹ ਖੜਕਰੇ ਨੇ ਜੀ ਇਸੇ ਤਰ੍ਹਾਂ ਹੀ ਸਾਡੀ ਜਿਹੜੀ ਸ੍ਰਿਸ਼ਟੀ ਹੈ ਇਹ ਸ੍ਰਿਸ਼ਟੀ ਦੇ ਵਿੱਚ ਧੁਨਾਂ ਨੇ ਇਹ ਸ਼ਬਦ ਨੇ ਜਿਹੜੇ ਆਪਣਾ ਆਪਣਾ ਜਿਹੜਾ ਰੋਲ ਮਿਲਿਆ ਹੋਇਆ ਉਹਨਾਂ ਨੂੰ ਨਿਭਾ ਰਹੇ ਨੇ ਇਹ ਖੂਬਸੂਰਤ ਸ਼ਬਦਾਂ ਦਾ ਜਿਹੜਾ ਝਰਨਾ ਆ ਇਹ ਵਹਿੰਦਾ ਜਾ ਰਿਹਾ ਦਰਿਆਵਾਂ ਦੀ ਤਰ੍ਹਾਂ ਹਾਂ ਤੇ 35 ਅੱਖਰੀ ਸਾਡੀ ਜਿਹੜੀ ਆ ਉਹਨੇ ਕਮਾਲ ਕੀਤਾ ਹੋਇਆ ਪੰਜਾਬੀ ਸੱਭਿਆਚਾਰ ਨੂੰ ਅਮੀਰ ਕਰਨ ਵਾਸਤੇ ਪੰਜਾਬੀ ਸੱਭਿਆਚਾਰ ਦੇ ਵਿੱਚ ਸਰਵ ਸ੍ਰੇਸ਼ਟ ਦੁਨੀਆਂ ਦੇ ਵਿੱਚ ਕੋਈ ਕਿਤਾਬ ਹੈ ਤੇ ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਗੁਰਮੁਖੀ ਦੇ ਵਿੱਚ ਹੀ ਲਿਖੇ ਗਏ ਨੇ ਉਹਨਾਂ ਦੇ ਵਿੱਚ ਜਿਹੜੀ ਬਾਣੀ ਦਰਜ ਹੈ ਉਹ ਸਾਰੀ ਗੁਰਮੁਖੀ ਅੱਖਰਾਂ ਦੇ ਵਿੱਚ ਹੈ ਤੇ ਜਦੋਂ ਸਾਰਾ ਕੁਛ ਹੀ ਗੁਰਮੁਖੀ ਦੇ ਵਿੱਚ ਦਰਜ ਹੈ ਤੇ ਬਾਕੀ ਸਾਹਿਤ ਸਾਰਾ ਸਾਡਾ ਜਿਹੜਾ ਪੰਜਾਬੀ ਦਾ ਹੈ ਉਹਦੀ ਵੀ ਕਿਆ ਹੀ ਬਾਤ ਹੈ ਜੀ ਸਾਡੇ ਬੜੇ ਬੜੇ ਕਵੀ ਜਿਹੜੇ ਨੇ ਉਹਨਾਂ ਨੇ ਆਪਣੀਆਂ ਰਚਨਾਵਾਂ ਲਿਖੀਆਂ ਨੇ ਕਹਾਣੀਆਂ ਲਿਖੀਆਂ ਨੇ ਨਾਟਕ ਲਿਖੇ ਨੇ ਉਹ ਸਾਰਾ ਗੁਰਮੁਖੀ ਅੱਖਰਾਂ ਦੇ ਵਿੱਚ ਹੀ ਹੈ ਗੁਰਮੁਖੀ ਦੀ ਬਹੁਤ ਮਹਾਨਤਾ ਹੈ ਗੁਰਮੁਖੀ ਪੂਜਣ ਯੋਗ ਹੈ ਆਓ ਅਸੀਂ ਆਪਣੀ ਗੁਰਮੁਖੀ ਦੇ ਨਾਲ ਆਪਣੇ ਆਪ ਨੂੰ ਵਿਵਸਥਾ ਕਰੀਏ ਤੇ ਗੁਰਮੁਖੀ ਦੇ ਹੋ ਜਾਈਏ ਔਰ ਗਾਇਸ ਜਹਾਂ ਤੱਕ ਸਿੰਗਰ ਕੀ ਬਾਤ ਕਰੇ ਸੋ ਇਤਨਾ ਬ੍ਰਿਲੀਅੰਟ ਗਾਇਆ ਹੈ ਦੇਖ ਕੇ ਐਸਾ ਲੱਗਦਾ ਕਿ ਹੈਪੀਨੈਸ ਹੀ ਆ ਰਹੀ ਹੈ ਖੁਸ਼ੀ ਸੀ ਮਿਲਦੀ ਹੈ ਦੇਖਨੇ ਕਿ ਜੋ ਆਈਜ਼ ਕੋ ਇਤਨਾ ਪ੍ਰੈਜੈਂਟ ਸਾ ਫੀਲ ਹੋਤਾ ਹੈ ਦੇਖ ਕੇ ਬਿਲਕੁਲ ਔਰ ਐਸਾ ਦਿਖ ਜਾਤਾ ਹੈ ਨਾ ਜਬ ਗਾਤੇ ਹੋਏ ਵੀ ਦੇਖ ਰਹੇ ਇਨਕੋ ਇਤਨੀ ਖੁਸ਼ ਹੋ ਕੇ ਗਾ ਰਹੇ ਥੇ ਔਰ ਇਨਕੋ ਦੇਖ ਕੇ ਬਹੁਤ ਅੱਛਾ ਫੀਲ ਹੋ ਰਿਹਾ ਹੈ ਔਰ ਜਹਾਂ ਤੱਕ ਹਮ ਟੋਪਿਕ ਕੀ ਬਾਤ ਕਰੇ ਇਹ ਇਤਨਾ ਯੂਨੀਕ ਸਾ ਟੋਪਿਕ ਲਿਆ ਹੈ ਬਿਲਕੁਲ ਮੁਝੇ ਨਹੀਂ ਲੱਗਦਾ ਕਿ ਅੱਜ ਤੱਕ ਕਿਸੇ ਸਿੰਗਰ ਨੇ ਇਸ ਟੋਪਿਕ ਕੇ ਉੱਪਰ ਗਾਣਾ ਗਾਇਆ ਹੋਗਾ ਹਨਾ ਬਹੁਤ ਹੀ ਯੂਨੀਕ ਟੋਪਿਕ ਔਰ ਸੋਚਨੇ ਕੇ ਲਈ ਗਾਇਆ ਬਹੁਤ ਅੱਛਾ ਚਾਹੀਏ ਮਸਤ ਤਰੀਕੇ ਸੇ ਗਾਇਆ ਮਸਤ ਤਰੀਕੇ ਸੇ ਮਿਊਜ਼ਿਕ ਬਹੁਤ ਕਮਾਲ ਕਾ ਹੈ ਵੀਡੀਓਗ੍ਰਾਫੀ ਕਮਾਲ ਕੀ ਹੋਈ ਹੈ ਲੋਕੇਸ਼ਨਸ ਜੋ ਡਾਲੀਆਂ ਬੀਚ ਮੇ ਬਹੁਤ ਅੱਛੀ ਥੀ ਬਹੁਤ ਬ੍ਰਿਲੀਅੰਟ ਹਰ ਮਾਮਲੇ ਗਾਣਾ ਬਹੁਤ ਟੌਪ ਲੈਵਲ ਦਾ ਹੈ ਔਰ ਜੋ ਸਰਤਾਜ ਕਾ ਗਾਣੇ ਕਾ ਸਟਾਈਲ ਹੈ ਜੋ ਉਸਕੀ ਆਵਾਜ਼ ਹੈ ਜੋ ਵੋ ਪਿਚ ਪਕੜਤਾ ਹੈ ਜੋ ਅਲਾਪ ਲੇਤਾ ਹੈ ਵੋ ਚਾਰ ਚਾਂਦ ਲਗਾ ਦਿੱਤਾ ਸਭ ਕੋ ਭਾਈ ਜੋ ਮਜ਼ਾ ਆਇਆ ਗਾਣਾ ਇਹ ਸੁਣ ਕੇ ਕਸਮ ਸੇ ਮੇਰਾ ਮਨ ਨਹੀਂ ਕਰਤਾ ਐਕਚੁਅਲੀ ਗਾਣਾ ਵੀ ਖਤਮ ਹੋ ਲਗਾ ਜਲਦੀ ਖਤਮ ਹੋ ਗਿਆ ਗੁਰਮੁਖੀ ਜੋ ਹੈ ਗੁਰਮੁਖੀ ਕਾ ਇਤਿਹਾਸ ਜੋ ਹੈ ਹਮਾਰਾ ਹੈ ਨਾ ਇਹ ਬਹੁਤ ਪੁਰਾਨਾ ਗੁਰਮੁਖੀ ਕਾ ਇਤਿਹਾਸ ਹੈ ਇਵਨ ਕਿ ਹਮ 8ਵੀਂ 9ਵੀਂ ਸ਼ਤਾਬਦੀ ਮੇ ਚਲੇ ਜਾਏ ਨਾ ਤੋ ਵਹਾਂ ਪੇ ਜੋ ਨਾਥ ਜੋਗੀ ਸਿੱਧ ਹੋਤੇ ਥੇ ਉਨਕੇ ਜੋ ਸ਼ਿਲਾਲੇਖ ਮਿਲਤੇ ਹੈ ਉਨਕੇ ਜੋ ਉਹ ਜਹਾਂ ਜਾਤੇ ਹੋਤੇ ਥੇ ਜਿਸ ਗਾਓ ਮੇ ਕੂਏ ਕੇ ਉੱਪਰ ਬੈਠਤੇ ਥੇ ਪਾਣੀ ਪੀਨੇ ਕੇ ਲੀਏ ਵਹਾਂ ਪੇ ਉਨ੍ਹੋਂਨੇ ਕੁਛ ਅਕਸ਼ਰ ਡਾਲੇ ਉਨਕੇ ਅੰਦਰ ਗੁਰਮੁਖੀ ਕੇ ਅਕਸ਼ਰ ਜੋ ਮੌਜੂਦ ਹੈ ਤੋ ਗੁਰਮੁਖੀ ਬਹੁਤ ਪੁਰਾਣੀ ਵਿਰਾਸਤ ਹੈ ਹਮਾਰੀ ਨਾਥੋਂ ਜੋਗੀਓ ਸੇ ਚਲਤੀ ਆ ਰਹੀ ਹੈ ਫਿਰ ਬਾਬਾ ਬੁੱਲੇ ਸ਼ਾਹ ਜੀ ਹਾਂ ਸੂਫੀ ਲਿਖਣੇ ਵਾਲੇ ਜਿਤਨੇ ਲੋਕ ਹੋਵੇ ਹੈ ਸਾਰੇ ਹਾਂ ਉਹਨੇ ਆਗੇ ਬੜਾਇਆ ਇਸਕੋ ਔਰ ਹਮਾਰੇ ਗੁਰੂਓ ਨੇ ਉਸਕੋ ਚਾਰ ਚਾਂਦ ਲਗਾ ਦੀਏ ਜੀ ਕਮਾਲ ਕੀਆ ਕਮਾਲ ਕੀਆ ਇਸ ਚੀਜ਼ ਕੋ ਲੈ ਕੇ ਪ੍ਰਾਊਡ ਹੋਣਾ ਵੀ ਬਹੁਤ ਅੱਛੀ ਬਾਤ ਹੈ
है ना, दिख रहा है कि इस चीज को लेके प्राउड है वो, बहुत अच्छा लगता है ये सुन के, देख के बिल्कुल। सो ये थी आज की वीडियो, और वीडियो अच्छी लगी हो तो क्या करना है, सब्सक्राइब जरूर करना है और बेल आइकॉन पे भी जरूर दबाना है उसको क्लिक जरूर करना है। मिलते हैं नेक्स्ट वीडियो में गाइस, तब तक के लिए गुड बाय, टेक केयर, स्टे होम एंड स्टे सेफ, ये बहुत जरूरी है भाई।